किन्नी देर रोड जाम कर लोगे पिछले कुछ दिनों तो सेंटर सरकार वालों कुछ किसान विरोधी बिल पास किए गए हैं, जिन्हां बिलों का विरोध करदिआं पंजाब ते हरियाणा के किसानों वालों वख-वख जगह ते रोस मुजहरा किया जा रहा है। किसानों का साथ दिंदिआं लगभग सारे पंजाबी गायकां ते अदाकारां वालों भी उन्हां दा सहयोग दिता जा रहा है। इस सहयोग के चलदिआं पिछले दिन मशहूर अदाकार दीप सिद्धू वालों कहा गया सी कि सारे पंजाबी गायक मेरा बाइकाट कर रहे हैं, जिस तों बाद अज दीप सिद्धू नाल मोर्चे ते बैठे कई नौजवानों की बहस हो गई ते मामला काफी भड़क गया। आओ तुहानूं वी दिखाउणे आ उह पूरी वीडियो। इस वीडियो नूं शुरू करन तों पहलां तुहानूं दस दईए कि जेकर तुसीं इस चैनल दे नवे हो तां इसे तरह दीआं पंजाबी इंडस्ट्री नाल जुड़ियां हर नवीं अपडेट्स नूं सब तों पहलां देखण लई इस चैनल नूं सबसक्राइब कर घंटी वाले बटन नूं दबाउणा ना भुल्लना। नहीं तां मैं छोटियां लड़ाईआं लड़ के वड्डी लड़ाई हार जूंगा। फिर उही गल कर रहे हां, देखो किन्ने आपां किन्ने धरने लांदे आ रहे, किन्नियां स्पीचां हो रहीयां ऐ, उत्थे कह रहे हां इकट्ठ करो आपां दिल्ली दा किन्नी देर रोड जाम कर लोगे? एक मिनट, हजे आपां नूं पैसिव रेजिस्टेंस रखन दो, शांतमई ढंग रखन दो, हजे आपां उस मौके ते नहीं। भाई एक मिनट गल सुनो, शांतमई माहौल सी पहलां भी, उहदे चों निकलिया कुछ नहीं। मैं गल तुहाडी मानदा, पर क्यों नहीं निकलिया? क्योंकि वो गदारियां कर लीडर मारे थे यार, मेरे एक महीने से बोल के साडे बोर इन्ने ऊपर ने। एक मिनट मेरी गल सुनो, मेरी गल सुनो, एक महीना नहीं है ये, पिछे 70 सालां दा इतिहास पिया। वीर जी मैं ता जेड़ा नवा नवा जख्म है, मैं ता एदी गल करना है भाई जी, नवा जख्म एक गल, अज जे असी कह दिए रोड रोक लांगे, ये जख्म नहीं भरना है ना। तुसी कल्ले जख्म एदी ना गल करो, गल की आ इन्होंने सामू MSP दे भी दित्ती ना, फिर भी हल नहीं होना। MSP तो पहला भी सी, किसान खुदकुशियां करते सी ना, साढ़े तो लिमिटां तो मुड़दियां नहीं, साढ़े तो खर्चे तो पूरे नहीं होंदे है ना। इस करके सानू मसले की पूरी समझ ही नहीं, मंग तो रखोगे जे मसले की समझ होवे। ਆਪਾਂ ਇੱਕ ਵਾਰੀ ਮਾੜਾ ਜਿਹਾ ਸਿਰ ਜੋੜ ਕੇ ਬੈਠੀਏ ਤਾਂ ਸਹੀ, ਮਸਲੇ ਦੀ ਸਮਝ ਤੱਕ ਲੈ ਕੇ ਆਈਏ, ਉਦੋਂ ਬਾਅਦ ਹੀ ਆਪਾਂ ਮੰਗਾਂ ਰੱਖਾਂਗੇ। ਮੇਰੀ ਭਰਾਵ ਕਹਿਣਾ ਠੀਕ ਹੈ, ਫਿਰ ਸਰ ਰੋਡ ਪਰ ਬੈਠਣ ਦਾ ਕੋਈ ਫਾਇਦਾ ਨਹੀਂ। ਉਹ ਬਾਈ ਜੀ ਰੋਡ ਤੇ ਬੈਠ ਜਾਂਦੇ ਆ, ਕੋਈ ਨਹੀਂ ਇੱਕ ਮਿੰਟ ਬਾਈ ਜੀ, ਇੱਕ ਮਿੰਟ, ਰੋਡ ਤੇ ਬੈਠੇ ਨਹੀਂ ਆਪਾਂ, ਆਪਾਂ ਵਿੱਚ ਬੈਠੇ ਆ ਸ਼ੰਭੂ ਤੇ, ਉਹ ਜਗ੍ਹਾ ਜਿੱਥੇ ਚਾਰ ਸਟੇਟ ਆਪਣੇ ਨਾਲ ਜੁੜਦੇ ਆ, ਚਾਰੇ ਸਟੇਟ ਆਪਣੇ ਨਾਲ ਜੁੜ ਜਾਣਗੇ। ਤੂੰ ਮੇਰਾ ਵੱਡਾ ਭਰਾ ਬਾਈ, ਮੈਂ ਤੁਹਾਨੂੰ ਇੱਕ, ਮੈਂ ਆਈ ਖੜਾ, ਮੈਨੂੰ ਪਿੰਡ ਬੁਲਾ ਲਿਓ, ਘਰੇ ਬੁਲਾ ਲਿਓ, ਜਿੱਥੇ ਮਰਜ਼ੀ ਬੁਲਾ ਲਿਓ, ਠੀਕ ਆ। ਮੇਰੀ ਰੂਹ ਆ ਜਿਹੜੀ ਉਹ ਹੁਣ ਇਸ ਧਰਤੀ ਦੇ ਲੇਖੇ ਲੱਗ ਚੁੱਕੀ ਆ, ਮੈਂ ਸੱਚੀ ਕਹਿ ਰਿਹਾ, ਠੀਕ ਆ। ਮੇਰਾ ਅਰਦਾਸ ਆ, ਤੁਸੀਂ ਜਿਵੇਂ ਐਂ ਬੈਠੇ ਸੀ ਉਵੇਂ ਹੀ ਮੂਹਰੇ ਲੱਗ ਕੇ ਸਾਰਿਆਂ ਨੂੰ ਬੇਨਤੀ ਕਰੋ, ਮੇਰੀ ਅਰਦਾਸ ਆ। ਸਾਡੇ ਬੜੇ ਵੀਰ ਜੀ ਤੁਹਾਡੇ ਛੋਟੇ ਆ, ਫਿਰ ਮੇਰੀ ਇੱਕ ਗੱਲ ਮੰਨ ਲਓ, ਹਜੇ ਹਜੇ ਆਪਾਂ ਨੂੰ ਪੈਸਿਵ ਰੈਜ਼ਿਸਟੈਂਸ ਰੱਖਣ ਦਿਓ, ਸ਼ਾਂਤਮਈ ਢੰਗ ਰੱਖਣ ਦਿਓ, ਹਜੇ ਆਪਾਂ ਉਸ ਮੌਕੇ ਤੇ ਨਹੀਂ। ਭਾਈ ਇੱਕ ਮਿੰਟ ਗੱਲ ਸੁਣੋ, ਸ਼ਾਂਤਮਈ ਮਾਹੌਲ ਸੀ ਪਹਿਲਾਂ ਵੀ, ਉਹਦੇ ਚੋਂ ਨਿਕਲਿਆ ਕੁਛ ਨਹੀਂ। ਮੈਂ ਗੱਲ ਤੁਹਾਡੀ ਮੰਨਦਾ, ਪਰ ਕਿਉਂ ਨਹੀਂ ਨਿਕਲਿਆ? ਕਿਉਂਕਿ ਉਹ ਗਦਾਰੀਆਂ ਕਰ, ਸਾਡੇ ਲੀਡਰ ਮਾੜੇ ਤੇ ਯਾਰ, ਵੀਰੇ ਇੱਕ ਮਹੀਨੇ ਚ ਬੋਲ ਕੇ ਸਾਡੇ ਬੋਰ ਇੰਨੇ ਉੱਪਰ ਨੇ। ਇੱਕ ਮਿੰਟ ਮੇਰੀ ਗੱਲ ਸੁਣੋ,
ਮੇਰੀ ਗੱਲ ਸੁਣੋ, ਇੱਕ ਮਹੀਨਾ ਨਹੀਂ ਆ ਇਹ, ਪਿੱਛੇ 70 ਸਾਲਾਂ ਦਾ ਇਤਿਹਾਸ ਪਿਆ। ਵੀਰ ਜੀ ਮੈਂ ਤਾਂ ਜਿਹੜਾ ਨਵਾਂ ਜ਼ਖਮ ਹੈ, ਮੈਂ ਤਾਂ ਇਹਦੀ ਗੱਲ ਕਰਨਾ ਬਾਈ ਜੀ। ਨਵਾਂ ਜ਼ਖਮ ਇੱਕ ਗੱਲ, ਅੱਜ ਜੇ ਅਸੀਂ ਕਹਿ ਦਈਏ ਰੋਡ ਰੋਕ ਲਾਂਗੇ, ਇਹ ਜ਼ਖਮ ਨਹੀਂ ਭਰਨਾ ਹੈ ਨਾ। ਤੁਸੀਂ ਇਕੱਲੇ ਜ਼ਖਮ ਇਹਦੀ ਨਾ ਗੱਲ ਕਰੋ, ਗੱਲ ਕੀ ਆ, ਇਹਨਾਂ ਨੇ ਸਾਨੂੰ MSP ਦੇ ਵੀ ਦਿੱਤੀ ਨਾ, ਫਿਰ ਵੀ ਹੱਲ ਨਹੀਂ ਹੋਣਾ। MSP ਤਾਂ ਪਹਿਲਾਂ ਵੀ ਸੀ, ਕਿਸਾਨ ਖੁਦਕੁਸ਼ੀਆਂ ਕਰਦੇ ਸੀ ਨਾ। ਸਾਡੇ ਤੋਂ ਲਿਮਟਾਂ ਤਾਂ ਮੁੜਦੀਆਂ ਨਹੀਂ, ਬਿਲਕੁਲ ਸਾਡੇ ਤੋਂ ਖਰਚੇ ਤਾਂ ਪੂਰੇ ਨਹੀਂ ਹੁੰਦੇ, ਬਿਲਕੁਲ ਹੈ ਨਾ। ਇਸ ਕਰਕੇ ਸਾਨੂੰ ਮਸਲੇ ਦੀ ਪੂਰੀ ਸਮਝ ਹੀ ਨਹੀਂ। ਮੰਗ ਤਾਂ ਰੱਖੋਗੇ ਜੇ ਮਸਲੇ ਦੀ ਸਮਝ ਹੋਵੇ। ਆਪਾਂ ਇੱਕ ਵਾਰੀ ਮਾੜਾ ਜਿਹਾ ਸਿਰ ਜੋੜ ਕੇ ਬੈਠੀਏ ਤਾਂ ਸਹੀ, ਮਸਲੇ ਦੀ ਸਮਝ ਤੱਕ ਲੈ ਕੇ ਆਈਏ, ਉਸ ਤੋਂ ਬਾਅਦ ਹੀ ਆਪਾਂ ਮੰਗਾਂ ਰੱਖਾਂਗੇ। ਮੇਰੀ ਭਰਾਵ ਰੋਡ ਤੇ ਬੈਠੇ ਨਹੀਂ ਆਪਾਂ, ਆਪਾਂ ਵਿੱਚ ਬੈਠੇ ਹਾਂ ਸ਼ੰਭੂ ਤੇ, ਉਹ ਜਗ੍ਹਾ ਜਿੱਥੇ ਚਾਰ ਸਟੇਟ ਆਪਣੇ ਨਾਲ ਜੁੜਦੇ ਆ, ਚਾਰੇ ਸਟੇਟ ਆਪਣੇ ਨਾਲ ਜੁੜ ਜਾਣਗੇ। ਤੂੰ ਮੇਰਾ ਵੱਡਾ ਭਰਾ ਬਾਈ, ਮੈਂ ਤੁਹਾਨੂੰ ਇੱਕ, ਮੈਂ ਆਈ ਖੜਾ, ਮੈਨੂੰ ਪਿੰਡ ਬੁਲਾ ਲਿਓ, ਘਰੇ ਬੁਲਾ ਲਿਓ, ਜਿੱਥੇ ਮਰਜ਼ੀ ਬੁਲਾ ਲਿਓ, ਠੀਕ ਆ। ਮੇਰੀ ਰੂਹ ਆ ਜਿਹੜੀ ਉਹ ਹੁਣ ਇਸ ਧਰਤੀ ਦੇ ਲੇਖੇ ਲੱਗ ਚੁੱਕੀ ਆ, ਠੀਕ ਆ। ਮੈਂ ਸੱਚੀ ਕਹਿ ਰਿਹਾ, ਠੀਕ ਆ। ਮੇਰਾ ਹੀ ਅਰਦਾਸ ਆ, ਤੁਸੀਂ ਜਿਵੇਂ ਐਂ ਬੈਠੇ ਸੀ ਉਵੇਂ ਹੀ ਮੂਹਰੇ ਲੱਗ ਕੇ ਸਾਰਿਆਂ ਨੂੰ ਬੇਨਤੀ ਕਰੋ, ਮੇਰੀ ਅਰਦਾਸ ਆ। ਉਹੀ ਭਰਾ ਤੁਹਾਡਾ, ਉਹੀ ਜ਼ਿਮੀਦਾਰ ਆ ਮੈਂ, ਠੀਕ ਆ। ਸੋਚ ਪੈਦਾ ਕਰਕੇ ਇੱਕ ਸੋਚ ਅੱਗੇ ਤੱਕ ਲੈ ਕੇ ਜਾਈਏ। ਪਹਿਲਾਂ ਵੀ ਤੁਸੀਂ ਪੈਦਾ ਕੀਤੀ ਆ, ਪਰ ਪਹਿਲਾਂ ਜਿਨ੍ਹਾਂ ਦੇ ਕੋਲ ਸੋਚ ਪੈਦਾ ਕਰਕੇ ਦੇਤੀ, ਉਹਨਾਂ ਨੇ ਤੁਹਾਨੂੰ ਬੰਦ ਕਮਰਿਆਂ 'ਚ ਬੈਠ ਕੇ ਵੇਚਤਾ। ਆਪਾਂ ਇਕਤੀ ਨਹੀਂ ਵੇਚਣ ਦੇਣਾ, ਠੀਕ ਆ। ਸਭ ਤੋਂ ਵੱਡੀ ਗੱਲ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਠੀਕ ਆ। ਇਦੋਂ ਵੱਡਾ ਤਾਂ ਆਪਾਂ ਤਾਂ ਹੋ ਹੀ ਨਹੀਂ ਸਕਦੇ, ਉਹਨਾਂ ਰੂਹਾਂ ਦੇ ਪੈਰਾਂ ਅੱਗੇ ਵੀ ਨਹੀਂ ਆ। ਕਦੇ ਉਹਨਾਂ ਰੂਹਾਂ ਨੇ ਜ਼ਬਰ ਤੇ ਜ਼ੁਲਮ ਕੀਤਾ ਕਿਸੇ ਤੇ? ਹੁਣ ਜੇ ਆਪਾਂ ਸੰਘਰਸ਼ ਲੜਨਾ ਤੇ ਪਹਿਲਾਂ ਤਾਂ ਸਿਧਾਂਤ ਨਾਲ ਅੰਦਰ ਸਿਧਾਂਤ ਕਰੜਾ ਨਹੀਂ ਰੱਖੋਗੇ, ਸਿਦਕ ਕਰੜਾ ਨਹੀਂ ਰੱਖੋਗੇ, ਸੰਘਰਸ਼ ਨਹੀਂ ਲੜੇ ਜਾਣੇ ਬਾਈ ਜੀ। ਸਿਦਕ ਕਰੜਾ ਤਾਂ ਹੀ ਹੋ ਜੇ ਕਿਰਦਾਰਾਂ ਨੂੰ ਛੱਡੋਗੇ। ਜੇ ਸਾਨੂੰ ਸਿਰ ਜੋੜ ਕੇ ਬੈਠ ਕੇ ਗੱਲ ਕੋਈ ਸਮਝਣ ਦੀ ਆਦਤ ਪੈ ਜੂ, ਗੱਲ ਸਮਝ ਕੇ ਮੰਗਾਂ ਰੱਖਣ ਦੀ ਆਦਤ ਪੈ ਜੂ। ਨੌਜਵਾਨੀ ਦੀ ਗੱਲ ਆ, ਅੱਧੇ ਕਾਏ ਕਹਿੰਦੇ ਆ ਕਿ ਨਸ਼ਿਆਂ ਦੀ ਗੱਲ ਆ, ਅੱਧੇ ਕਹਿੰਦੇ ਆ ਰੁਜ਼ਗਾਰਾਂ ਦੀ ਗੱਲ ਆ, ਪਰ ਸਾਰੇ ਹੀ ਚੀਜ਼ਾਂ ਦੀ ਗੱਲ ਆ, ਸਾਰੇ ਮਸਲਿਆਂ ਦੀ ਹੀ ਗੱਲ ਆ। ਆ ਜਿਹੜਾ ਉਭਾਰ ਆਇਆ ਨਾ, ਇਹ ਇਸ ਟਾਈਮ ਆ ਕੇ ਫਲੇਅਰ ਅਪ ਹੋ ਗਿਆ, ਪਰ ਗੱਲ ਤਾਂ ਸਾਂਝੀ ਆ। ਜਦੋਂ ਮੈਂ ਕਿਸਾਨ ਜਥੇਬੰਦੀਆਂ ਕੋਲੇ ਗਿਆ, ਮੈਂ ਉਹਨਾਂ ਨੂੰ ਇੱਕ ਗੱਲ ਕਹੀ ਜੀ ਵੀ ਤੁਹਾਡੇ ਨਾਲ ਤਾਂ ਜੇ ਤੁਸੀਂ ਡਰਾਇੰਗ ਰੂਮਾਂ 'ਚ ਬੈਠ ਕੇ ਫੈਸਲੇ ਨਹੀਂ ਲਓਗੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟਸ ਵਿੱਚ ਆਪਣੇ ਵਿਚਾਰ ਦੇਣਾ ਨਾ ਭੁੱਲਣਾ ਕਿ ਤੁਹਾਨੂੰ ਦੀਪ ਸਿੱਧੂ ਦੇ ਪੰਜਾਬੀ ਸਿੰਗਰਾਂ ਵਿੱਚੋਂ ਕੌਣ ਸਹੀ ਲੱਗਦਾ ਹੈ। ਇਸ ਮਾਮਲੇ ਵਿੱਚ ਸਾਡੀ ਇਹੋ ਰਾਏ ਹੈ ਕਿ ਸਭ ਨੂੰ ਇਕਜੁੱਟ ਹੋ ਕੇ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ, ਚਾਹੇ ਉਹ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੀ ਗੱਲ ਹੋਵੇ ਜਾਂ ਫਿਰ ਕਿਸਾਨਾਂ ਦੀ। ਜੇਕਰ ਤੁਸੀਂ ਵੀ ਦੀਪ ਸਿੱਧੂ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਇਸ ਵੀਡੀਓ ਵਿੱਚ ਇੰਨਾ ਹੀ। ਇਸ ਦੇ ਨਾਲ ਮਿਲਦੇ ਹਾਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ। ਜੇਕਰ ਤੁਸੀਂ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਪਡੇਟ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ DM ਕਰ ਉਸ ਦੀ ਜਾਣਕਾਰੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਵੀਡੀਓ ਵਿੱਚ ਮੈਂਸ਼ਨ ਕੀਤਾ ਜਾਵੇਗਾ। ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।